ਤੁਸੀਂ ਦੇਖ ਰਹੇ ਹੋ ਸਾਂਝੀ ਆਵਾਜ਼ ਦੇਖੋ ਇੱਕ ਮਾਂ ਦੀ ਕਰਤੂਤ ਆਟੋ ਵਿੱਚ ਆਈ ਇੱਕ ਗਰਭਵਤੀ ਔਰਤ ਬਾਥਰੂਮ ਵਿੱਚ ਬੱਚੇ ਨੂੰ ਜਨਮ ਦੇ ਕੇ ਮੌਕੇ ਤੋਂ ਹੋਈ ਫਰਾਰ ਤੁਹਾਨੂੰ ਦੱਸਦੀ ਹੈ ਕਿ ਇਹ ਘਟਨਾ ਪਾਣੀਪੱਤ ਦੇ ਸਿਵਲ ਹਸਪਤਾਲ ਦੀ ਹੈ ਵੀਡੀਓ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਇੱਕ ਗਰਭਵਤੀ ਮਹਿਲਾ ਇੱਕ ਹੋਰ ਔਰਤ ਅਤੇ ਇੱਕ ਵਿਅਕਤੀ ਨਾਲ ਸਿਵਲ ਹਸਪਤਾਲ ਦੇ ਬਾਹਰ ਇੱਕ ਆਟੋ ਵਿੱਚੋਂ ਉਤਰਦੇ ਹਨ ਅਤੇ ਹਸਪਤਾਲ ਦੇ ਅੰਦਰ ਚਲੇ ਜਾਂਦੇ ਹਨ ਅੰਦਰ ਜਾ ਕੇ ਗਰਭਵਤੀ ਔਰਤ ਹਸਪਤਾਲ ਦੇ ਬਾਥਰੂਮ ਵਿੱਚ ਚਲੀ ਜਾਂਦੀ ਹੈ ਅਤੇ ਅੰਦਰੋਂ ਲੋਕ ਲਗਾ ਲੈਂਦੀ ਹੈ ਜਦੋਂ ਹਸਪਤਾਲ ਵਿੱਚ ਦਾਖਲ ਇੱਕ ਮਰੀਜ਼ ਦੇ ਰਿਸ਼ਤੇਦਾਰ ਬਾਥਰੂਮ ਗਏ ਤਾਂ ਬਾਥਰੂਮ ਅੰਦਰੋਂ ਲੋਕ ਸੀ ਜਿਸ ਵਾਰੇ ਉਹਨਾਂ ਨੇ ਸਿਕਿਉਰਿਟੀ ਗਾਰਡ ਨੂੰ ਦੱਸਿਆ ਤਾਂ ਸਿਕਿਉਰਿਟੀ ਗਾਰਡ ਨੇ ਬਾਥਰੂਮ ਦਾ بار بار ਦਰਵਾਜ਼ਾ ਖੜਕਾਇਆ ਤਾਂ ਔਰਤ ਨੇ ਬਾਥਰੂਮ ਵਿੱਚ 23 ਮਿੰਟਾਂ ਵਿੱਚ ਬੱਚੇ ਨੂੰ ਜਨਮ ਦੇ ਕੇ ਦਰਵਾਜ਼ਾ ਖੋਲ ਦਿੱਤਾ ਅਤੇ ਬਾਹਰ ਆ ਕੇ ਨਾਲ ਆਈ ਦੂਸਰੀ ਔਰਤ ਨਾਲ ਉਥੋਂ ਚਲੀ ਗਈ ਜਦੋਂ ਤੱਕ ਬਾਥਰੂਮ ਅੰਦਰ ਬੱਚੇ ਦਾ ਪਤਾ ਲੱਗਾ ਉਦੋਂ ਤੱਕ ਉਹ ਔਰਤ ਆਪਣੇ ਨਾਲ ਆਏ ਸਾਥੀ ਨਾਲ ਫਰਾਰ ਹੋ ਚੁੱਕੀ ਸੀ ਸੋ ਜਿੱਥੇ ਇੱਕ ਪਾਸੇ ਮਾਂ ਨੂੰ ਰੱਬ ਦਾ ਰੂਪ ਕਿਹਾ ਜਾਂਦਾ ਹੈ ਉਥੇ ਹੀ ਕੁਝ ਅਜਹੀਆਂ ਮਾਵਾਂ ਵੀ ਨੇ ਜੋ 9 ਮਹੀਨੇ ਬੱਚੇ ਨੂੰ ਆਪਣੇ ਪੇਟ ਵਿੱਚ ਰੱਖ ਕੇ ਇਸ ਤਰ੍ਹਾਂ ਜਨਮ ਦੇ ਕੇ ਪਤਾ ਨਹੀਂ ਕਿਵੇਂ ਛੁੱਟ ਜਾਂਦੀਆਂ ਨੇ ਸੋ ਤੁਹਾਡੇ ਇਸ ਬਾਰੇ ਕੀ ਵਿਚਾਰ ਨੇ ਕਮੈਂਟਾਂ ਵਿੱਚ ਜਰੂਰ ਦਿਓ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਕੇ ਹਰ ਇੱਕ ਤੱਕ ਪਹੁੰਚਦੀ ਜਰੂਰ ਕਰਿਓ ਹੋਰ ਨਵੀਆਂ ਖਬਰਾਂ ਦੇਖਣ ਲਈ ਹੁਣੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ